ਰਹੇ ਨੇ ਇੱਕ ਇਨਸਾਨ ਇੱਕ ਹਸਬੈਂਡ ਵਾਈਫ ਹੁੰਦੇ ਆ ਰਹਿੰਦੇ ਹੁੰਦੇ ਆ ਪਹਾੜ ਤੇ ਰਹਿੰਦੇ ਹੁੰਦੇ ਆ ਬੜਾ ਕੋਈ ਸੋਰਸ ਆਫ ਇਨਕਮ ਕੋਈ ਖਾਸ ਨਹੀਂ ਹੁੰਦਾ ਤੇ ਹਸਬੈਂਡ ਕਹਿੰਦਾ ਹੈ ਕਿ ਇੱਥੇ ਤੇ ਗੁਜ਼ਾਰਾ ਨਹੀਂ ਹੁੰਦਾ ਮੈਂ ਜਾ ਕੇ ਸ਼ਹਿਰ ਜਾ ਕੇ ਕਮਾਈ ਕਰਦਾ ਵਾਂ ਤੇ ਕੁਛ ਲਿਆਵਾਂਗਾ ਬਟ ਯੂ ਪ੍ਰੋਮਿਸ ਮੀ ਕਿ ਯੂ ਰਿਮੇਨ ਲੋਇਲ ਟੂ ਮੀ ਤੇ ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਮੈਂ ਤੇਰੇ ਨਾਲ ਵਫਾ ਕਰਾਂ ਤੂੰ ਵੀ ਕਰੀ ਕੋਸ਼ਿਸ਼ ਕੀ ਕਿ ਪੂਰਾ ਪ੍ਰੋਮਿਸ ਕਰਕੇ ਤੂੰ ਵੀ ਵਫਾ ਕਰੇਂਗੀ ਤੇ ਮੈਂ ਵੀ ਵਫਾ ਕਰਾਂਗਾ ਐਂਡ ਹੀ ਗੋਜ਼ ਟੂ ਸਿਟੀ ਹੀ ਵਰਕਸ ਦੇਅਰ ਐਂਡ ਹੀ ਟੈਲਸ ਹਿਸ ਬੌਸ ਕਿ ਜਦੋਂ ਉਹਨੂੰ ਤਨਖਾਹ ਮਿਲਣ ਲੱਗਦੀ ਹੈ ਤੇ ਉਹ ਕਹਿੰਦਾ ਵੀ ਤੁਸੀਂ ਰੱਖ ਲਓ ਜਿੱਦਣ ਮੈਂ ਘਰ ਜਾਵਾਂਗਾ ਉਦਣ ਮੈਂ ਤੁਹਾਡੇ ਕੋਲੋਂ ਲੈ ਲਾਂਗਾ ਠੀਕ ਹੈ ਐਂਡ 20 ਈਅਰਸ ਹੀ ਵਰਕਸ ਦੇਅਰ 20 ਈਅਰਸ ਹੀ ਵਰਕਸ ਦੇਅਰ ਸਾਰੀ ਉਹਦੀ ਜਵਾਨੀ ਉੱਥੇ ਖਤਮ ਹੋ ਜਾਂਦੀ ਹੈ ਤੇ ਜਦੋਂ ਜਾਣ ਲੱਗਦਾ ਤੇ ਉਹਨੂੰ ਬੌਸ ਨੂੰ ਕਹਿੰਦਾ ਕਿ ਹੁਣ ਮੈਨੂੰ ਤਨਖਾਹ ਦੇ ਦਿਓ ਮੈਂ ਜਾਣਾ ਤੇ ਬੌਸ ਉਹਨੂੰ ਸਵਾਲ ਕਹਿੰਦਾ ਕਿ ਵੀ ਜਾਂ ਮੇਰੇ ਕੋਲ ਅ ਪੀਸ ਆਫ ਐਡਵਾਈਸ ਹੈ ਕੁਛ ਨਸੀਹਤਾਂ ਆਈਆਂ ਜਾਂ ਤੂੰ ਉਹ ਲੈ ਲੈ ਤੇ ਜਾਂ ਇਹ ਕਮਾਈ ਲੈ ਲੈ ਜੀਵਨ ਭਰ ਦੀ ਆਪਣੀ ਫੈਸਲਾ ਤੇਰਾ ਜਾਂ ਕਮਾਈ ਲਏਗਾ ਜਾਂ ਨਸੀਹਤ ਲਏਗਾ ਦੋਨੋਂ ਚੀਜ਼ਾਂ ਨਹੀਂ ਮਿਲਣਗੀਆਂ ਤੈਨੂੰ ਐਂਡ ਯੂ ਡਿਸਾਈਡ ਇਟ ਜਿਸ ਬੰਦੇ ਨੇ ਸਾਰੀ ਉਮਰ ਪੈਸਿਆਂ ਲਈ ਕੰਮ ਕੀਤਾ ਹੋਵੇ ਵਟ ਵਿਲ ਹੀ ਥਿੰਕ ਕੀ ਲਏਗਾ ਪੈਸਾ ਲਏਗਾ ਨਾ ਠੀਕ ਹੈ ਦੋ ਦਿਨ ਉਹ ਸੋਚਦਾ ਰਹਿੰਦਾ ਤੀਸਰੇ ਦਿਨ ਉਹ ਡਿਸਾਈਡ ਕਰਦਾ ਕਿ ਨਹੀਂ ਮੈਂ ਤੇ ਨਸੀਹਤ ਹੀ ਲੈ ਕੇ ਜਾਣੀ ਆ ਕੋਈ ਗੱਲ ਨਹੀਂ ਦੇਖੀ ਜਾਏਗੀ ਜੋ ਹੋਏਗਾ ਤੇ ਉਹਨੂੰ ਕਹਿੰਦਾ ਕਿ ਤਿੰਨ ਗੱਲਾਂ ਦਾ ਧਿਆਨ ਰੱਖਣਾ ਜ਼ਿੰਦਗੀ 'ਚ ਕਦੀ ਸ਼ਾਰਟਕੱਟ ਨਹੀਂ ਅਪਣਾਉਣਾ ਠੀਕ ਹੈ ਦੂਸਰਾ ਬਹੁਤਾ ਓਵਰ ਕਿਊਰੀਅਸ ਨਹੀਂ ਹੋਣਾ ਕੀ ਹੋ ਰਿਹਾ ਕਿਉਂ ਹੋ ਰਿਹਾ ਕਿੱਥੇ ਹੋ ਰਿਹਾ ਕਿਹਦੇ ਨਾਲ ਕੀ ਹੈ ਬਹੁਤ ਕਿਊਰੋਸਿਟੀ ਨਹੀਂ ਮਾਇੰਡ ਵਿੱਚ ਰੱਖਣੀ ਆਪਣੇ ਨਾਲ ਬਹੁਤਾ ਕੁਨੈਕਸ਼ਨ ਰੱਖਣਾ ਜ਼ਿੰਦਗੀ ਦੇ ਵਿੱਚ ਦੂਜਿਆਂ ਦੇ ਮਾਮਲਿਆਂ 'ਚ ਨਹੀਂ ਪੈਣਾ ਠੀਕ ਹੈ ਅਤੇ ਤੀਸਰੀ ਗੱਲ ਕੋਈ ਗੁੱਸੇ 'ਚ ਬਹੁਤ ਗੁੱਸੇ 'ਚ ਜਾਂ ਬਹੁਤ ਖੁਸ਼ੀ 'ਚ ਕੋਈ ਫੈਸਲਾ ਨਹੀਂ ਕਰਨਾ ਠੀਕ ਹੈ ਐਂਡ ਦੈਨ ਹੀ ਡਸਨਟ ਗਿਵ ਹਿਮ ਮਨੀ ਹੀ ਗਿਵਸ ਹਿਮ 3 ਲੋਫਸ ਆਫ ਬ੍ਰੈਡ ਹੀ ਸੇਜ਼ ਕਿ ਇਹ ਦੋ ਰਸਤੇ ਵਾਸਤੇ ਇੱਕ ਘਰ ਖਾ ਲਿਓ ਜਾ ਕੇ ਪੈਸੇ ਉਹਦੇ ਕੋਲ ਹੁੰਦੇ ਨਹੀਂ ਗੱਡੀ ਬੱਸ ਕੋਈ ਕਰ ਨਹੀਂ ਸਕਦਾ ਤੁਰਨ ਲੱਗਦਾ ਅਤੇ ਰਸਤਾ ਵੀ ਨਹੀਂ ਪਤਾ ਹੁੰਦਾ ਕਿਸੇ ਰਾਹੀਗੀਰ ਨੂੰ ਪੁੱਛਦਾ ਅਤੇ ਉਹ ਕਹਿੰਦਾ ਵੀ ਇੱਥੋਂ ਜਾਏਗਾ ਅਤੇ 21 ਦਿਨ ਲੱਗਣਗੇ ਅਤੇ ਇੱਥੋਂ ਜਾਏਗਾ ਅਤੇ 5 ਦਿਨ ਲੱਗਣਗੇ ਤਾਂ ਐਵਰੀ ਵਾਈਜ਼ ਮੈਨ ਵਿਲ ਸੇ ਦੈਟ ਆਈ ਵਿਲ ਗੋ ਦਿਸ ਵੇ ਬਟ ਉਹਨੂੰ ਯਾਦ ਆ ਜਾਂਦੀ ਗੱਲ ਕਿ ਮੇਰੇ ਬੌਸ ਨੇ ਕਿਹਾ ਸੀ ਕਿ ਸ਼ਾਰਟਕੱਟ ਨਹੀਂ ਅਪਣਾਉਣਾ ਤਾਂ ਹੀ ਗੋਜ਼ ਟੂ ਦਾ ਲੌਂਗ ਵੇ ਐਂਡ ਜਾਂਦਾ ਰਾਤ ਪੈ ਜਾਂਦੀ ਹੈ ਅਤੇ ਫਾਰਮਰ ਕਿਸੇ ਵਿਲੇਜਰ ਦੇ ਘਰ 'ਚ ਕਹਿੰਦਾ ਮੈਨੂੰ ਰਹਿਣ ਦਿਓ ਇੱਥੇ ਰਾਤੀ ਉਹ ਕਹਿੰਦਾ ਕੋਈ ਨਹੀਂ ਰਹਿ ਜਾ ਉਹ ਕਹਿੰਦਾ ਮੈਂ ਇਸ ਰਸਤਿਓਂ ਆਇਆ ਇਸ ਰਸਤਿਓਂ ਨਹੀਂ ਆਇਆ ਉਹ 5 ਦਿਨਾਂ ਦਾ ਰਸਤਾ ਸੀ ਕਹਿੰਦੇ ਬਹੁਤ ਚੰਗਾ ਕੀਤਾ ਉੱਥੇ ਜੰਗਲ ਪੈਂਦੇ ਰਾਤੀ ਜੰਗਲੀ ਜਾਨਵਰ ਹੁੰਦੇ ਆ ਉੱਧਰੋਂ ਜਾਂਦਾ ਤਾਂ ਤੂੰ ਬਚਣਾ ਹੀ ਨਹੀਂ ਸੀਗਾ ਮੈਨੂੰ ਹੀ ਇਜ਼ ਥੈਂਕਫੁਲ ਟੂ ਗੋਡ ਕਿ ਮੈਨੂੰ ਉਹਨੇ ਕਿਹਾ ਸੀ ਕਿ ਸ਼ਾਰਟਕੱਟ ਨਹੀਂ ਲੈਣਾ ਤਾਂ ਨਹੀਂ ਰਿਮੈਂ ਉਹ ਕਹਿੰਦਾ ਮੇਰੇ ਕੋਲ ਤਾਂ ਕੋਈ ਬਹੁਤੀ ਜਗ੍ਹਾ ਨਹੀਂ ਹੈਗੀ ਬਾਹਰ ਸ਼ੈਕ ਹੈਗਾ ਸ਼ੈਕ ਹੁੰਦਾ ਜਿੱਥੇ ਉਹ ਸਾਰੀ ਤੂੜੀ ਤਾੜੀ ਰੱਖਦੇ ਆ ਉੱਥੇ ਆਰਾਮ ਨਾਲ ਸੌ ਜਾ ਤੂੰ ਹੋਰ ਤਾਂ ਜਗ੍ਹਾ ਕੋਈ ਨਹੀਂ ਹੈਗੀ ਅੱਧੀ ਰਾਤੀ ਉਹਨੂੰ ਆਵਾਜ਼ਾਂ ਆਉਂਦੀਆਂ ਆਵਾਜ਼ਾਂ ਆਉਂਦੀਆਂ ਅਤੇ ਦਰਵਾਜ਼ਾ ਖੋਲ੍ਹਣ ਲੱਗਦਾ ਕਿ ਦੇਖਾਂ ਬਾਹਰ ਕੀ ਹੈ ਫਿਰ ਉਹਨੂੰ ਯਾਦ ਆ ਜਾਂਦਾ ਕਿ ਮੈਂ ਬਹੁਤ ਕਿਊਰੀਅਸ ਨਹੀਂ ਹੋਣਾ ਕਿਸੇ ਗੱਲ ਦੀ ਨਹੀਂ ਖੋਲ੍ਹਦਾ ਫਿਰ ਉਹ ਫਾਰਮਰ ਆਉਂਦਾ ਉਹਨੂੰ ਦੇਖਦਾ ਬੜਾ ਖੁਸ਼ ਹੁੰਦਾ ਕਹਿੰਦਾ ਮੈਨੂੰ ਤਾਂ ਤੈਨੂੰ ਕਹਿਣਾ ਯਾਦ ਭੁੱਲ ਗਿਆ ਕਿ ਰਾਤੀ ਇੱਥੇ ਸ਼ੇਰ ਆਉਂਦਾ ਹੁੰਦਾ ਕਦੀ ਕਦੀ ਅਤੇ ਬੰਦੇ ਪਾੜ ਕੇ ਖਾ ਜਾਂਦਾ ਹੁੰਦਾ ਅਤੇ ਮੈਂ ਤੈਨੂੰ ਕਹਿਣਾ ਸੀ ਦਰਵਾਜ਼ਾ ਨਾ ਖੋਲ੍ਹੀ ਤਾਂ ਆਮ ਵੈਰੀ ਹੈਪੀ ਕਿ ਤੂੰ ਬਚ ਗਿਆ ਤੂੰ ਦਰਵਾਜ਼ਾ ਨਹੀਂ ਖੋਲ੍ਹਿਆ ਦੈਨ ਹੀ ਇਜ਼ ਥੈਂਕਫੁਲ ਕਿ ਮੇਰੇ ਬੌਸ ਨੇ ਮੈਨੂੰ ਕਹਿ ਕੇ ਭੇਜਿਆ ਸੀਗਾ ਕਿ ਕਿਊਰੀਅਸ ਨਹੀਂ ਹੋਣਾ ਬਹੁਤ ਜ਼ਿਆਦਾ ਤਾਂ ਪਹੁੰਚਦਾ ਆਪਣੇ ਘਰ ਪਹੁੰਚਦਾ ਸ਼ਾਮ ਪੈ ਗਈ ਹੁੰਦੀ ਹੈ ਬੱਤੀ ਜਗਦੀ ਹੁੰਦੀ ਹੈ ਅਤੇ ਦੇਖਦਾ ਕਿ ਵਾਈਫ ਕਿਸੇ ਯੰਗ ਜਿਹੇ ਬੰਦੇ ਨਾਲ ਉਹਨੂੰ ਹੱਗ ਕਰ ਰਹੀ ਹੁੰਦੀ ਹੈ ਕਿਸ ਕਰ ਰਹੀ ਹੁੰਦੀ ਹੈ ਬੜਾ ਗੁੱਸਾ ਚੜ੍ਹਦਾ ਉਹਨੂੰ ਕਿ ਵੀ ਮੈਂ ਇਹਨੂੰ ਕਿਹਾ ਸੀ ਲੋਇਲ ਨਹੀਂ ਐਂਡ ਸ਼ੀ ਇਜ਼ ਨੋਟ ਲੋਇਲ ਟੂ ਮੀ ਐਂਡ ਵਾਪਸ ਜਾਣ ਲੱਗਦਾ ਫਿਰ ਧਿਆਨ ਆ ਜਾਂਦਾ ਕਿ ਕੋਈ ਗੁੱਸੇ 'ਚ ਫੈਸਲਾ ਨਹੀਂ ਕਰਨਾ ਬਾਹਰ ਹੀ ਉੱਥੇ ਸੌ ਜਾਂਦਾ ਅਤੇ ਸਵੇਰੇ ਉੱਠ ਕੇ ਵਾਈਫ ਜਦੋਂ ਦਰਵਾਜ਼ਾ ਖੋਲ੍ਹਦੀ ਦੇਖਦੀ ਹੈ ਕਿ ਉਹਦਾ ਹਸਬੈਂਡ ਉੱਥੇ ਹੈਗਾ ਉਹਨੂੰ ਜਾ ਕੇ ਉਠਾਉਂਦੀ ਹੈ ਰੋ ਜੱਫੀ ਪਾਉਂਦੀ ਹੈ ਅਤੇ ਉਹਨੂੰ ਧੱਕਾ ਮਾਰਦਾ ਕਹਿੰਦਾ ਵੀ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਮੈਂ ਤੇਰੇ ਕੋਲ ਵਾਅਦਾ ਲਿੱਤਾ ਸੀ ਬਟ ਯੂ ਆਰ ਨੋਟ ਟਰੂ ਟੂ ਯੂਅਰ ਪ੍ਰੋਮਿਸ ਦੈਨ ਸ਼ੀ ਇਜ਼ ਐਕਸਪਲੇਨ ਕਿ ਜਿਹਨੂੰ ਤੂੰ ਕੱਲ੍ਹ ਦੇਖਿਆ ਸੀ ਉਹ ਤੇਰਾ ਹੀ ਪੁੱਤਰ ਸੀਗਾ ਵੈਨ ਯੂ ਲੈਫਟ ਮੀ ਦੈਨ ਆਈ ਵਾਜ਼ ਐਕਸਪੈਕਟਿੰਗ ਦੈਟ ਟਾਈਮ ਹੀ ਇਜ਼ ਯੂਅਰ ਸਨ ਉਹਦਾ ਕੱਲ੍ਹ ਜਨਮ ਦਿਨ ਸੀਗਾ ਕੱਲ੍ਹ ਉਹ 20 ਸਾਲ ਦਾ ਹੋਇਆ ਦੈਨ ਹੀ ਇਜ਼ ਅਗੇਨ ਵੈਰੀ ਥੈਂਕਫੁਲ ਕਿ ਮੈਂ ਕੋਈ ਗੁੱਸੇ ਦੇ ਵਿੱਚ ਗਲਤ ਫੈਸਲਾ ਨਹੀਂ ਲਿੱਤਾ ਕਿ ਇਟ ਇਜ਼ ਹਿਜ਼ ਸਨ ਓਨਲੀ ਫਿਰ ਉਹ ਡੋਰ ਬੰਦ ਅਤੇ ਉਹ ਰਸਤੇ 'ਚ ਖਾ ਲੈਂਦਾ ਤੀਸਰਾ ਬੰਦ ਉਹ ਆਪਣੀ ਵਾਟੀ ਨੂੰ ਫੜਾਉਂਦਾ ਕਿ ਇਹਨੂੰ ਕੱਟ ਕੇ ਖਵਾ ਮੇਰੇ ਸੇਠ ਨੇ ਦਿੱਤਾ ਦਿਸ ਇਜ਼ ਦੀ ਓਨਲੀ ਥਿੰਗ ਆਈ ਹੈਵ ਬਰੋਟ ਅਤੇ ਵੈਨ ਦ ਲੇਡੀ ਕੱਟਸ ਦੈਟ ਲੋਫ ਅਤੇ ਉਹ ਬੌਸ ਨੇ ਉਹਦੇ ਸਾਰੇ ਜਿਹੜੇ ਡੋਲਰ ਹੁੰਦੇ ਆ ਉਹ ਬੰਦ ਦੇ ਵਿੱਚ ਪਾ ਕੇ ਉਹਨੂੰ ਦਿੱਤੇ ਹੁੰਦੇ ਆ ਠੀਕ ਹੈ ਸੋ ਇਹ ਵੀ ਤੁਹਾਡੀ ਚੋਇਸ ਹੈ ਜ਼ਿੰਦਗੀ 'ਚ ਕਿ ਤੁਸੀਂ ਪੈਸੇ ਨੂੰ ਇੰਪੋਰਟੈਂਸ ਦੇਣੀ ਹੈ ਕਿ ਤੁਸੀਂ ਕਿਸੇ ਦੀ ਨਸੀਹਤ ਨੂੰ ਲੈ ਕੇ ਉਹਦੇ 'ਤੇ ਚੱਲਣਾ ਸੋ ਦਿਸ ਇਜ਼ ਇਟ
तीसरी हमेशा कोशिश करया करो, दिस इज माई वर्ड ऑफ एक्सपीरियंस फ्रॉम माई सेल्फ, अपने अंदर की आवाज सुनया करो। ठीक है, हूँ सवाल कॉमन है, पूछा जाता अंदर की आवाज कितों आती है। ठीक है, हर बंदे दे अंदर अंदर की आवाज होंगी है, जिस दिन उन्होंने सुनना शुरू करोगे ना थोड़ा जहा भी, उदन थोनों सुनाना शुरू कर देगा। ठीक है, सुनिया करो, थोनों बिल्कुल राइट गाइडेंस मिलेगी। उद तो कभी भी बंदा कन्फ्यूज होंगे ना, अपने दिल से हाथ रख के आवाज न पुछा करो कि किसी पंजाबी कवि का हैगा मुहावरा, ना मंदिर दी ना मस्जिद दी कोई गल सुनावे अंदर दी। ठीक है, ना मंदिर दी ना मस्जिद दी कोई गल सुनावे अंदर दी। सो आई हैव रिटन फ्यू लाइन्स एंड इट इज वेरी ब्यूटिफुल, सो आई वुड लाइक। पत्थर दी इमारत है जिथे जाके बहने आ, तेरा पता ते नहीं मिलदा उंज नाम ते लैने आ। पत्थर दी इमारत है जिथे जाके बहने आ, तेरा पता नहीं मिलदा उंज नाम ते लैने आ। ते फकीर उथे लंघदा हुंदा ते ओ अगो जवाब देंदा, वेखी नी वेखी अड़िए अंदर बोले कौन, बार जिन्हां नूं लभदी है किते ओही सज्जन ना होन। ठीक है, सो ट्राई टू लिसन टू योर इनर थिंग, जिन्हों असी बाहर लभदे हां तुहाडे अंदर ही है, ते उन्हों अंदर सुनोगे, कोशिश करोगे तो तुहानूं आवाजां सुनाना शुरू कर देगा। सो दैट इज इट।